ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਆ ਪੰਜਾਬ ਮੇਲ ਯੂਐਸਏ ਟੀਵੀ ਮੈਂ ਬਰਨ ਕਾਰਮਾਨ ਖਬਰਾਂ ਦੇ ਬ੍ਰਿਟਨ ਦੇ ਵਿੱਚ ਤੁਹਾਡਾ ਸਵਾਗਤ ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰਾਇਲਟਰ ਗੁਰਜਤੇਂਦਰ ਸਿੰਘ ਰੰਧਾਵਾ ਇਹਨਾਂ ਦੇ ਫੋਨ ਨੰਬਰ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਹੁਣ ਪੇਸ਼ ਨੇ ਪਹਿਲਾਂ ਚੁੰਡੀਆਂ ਖਬਰਾਂ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ ਭਾਰਤ ਤੇ ਫਿਜੀ ਨੇ ਵੀਜ਼ਾ ਛੋਟ ਸੰਬੰਧੀ ਸਹਿਮਤੀ ਪੱਤਰ ਤੇ ਕੀਤੇ ਦਸਤਖਤ ਸੰਬੰਧਾਂ ਨੂੰ ਮਿਲੇਗਾ ਹੁਲਾਰਾ ਲੀਬியா ਯਾਤਰੀਆਂ ਨਾਲ ਭਰੀ ਕਿਸ਼ਤੀ ਹਾਦਸਾ ਗ੍ਰਸਤ 73 ਪ੍ਰਵਾਸੀਆਂ ਦੇ ਮਾਰੇ ਜਾਣ ਦਾ ਖਦਸ਼ਾ ਅਸਮਾਨ ਵਿੱਚ ਉੱਡ ਰਹੇ ਸ਼ੱਕੀ ਗੁਬਾਰਿਆਂ ਨੂੰ ਡੇਗਣ ਦਾ ਕੋਈ ਅਫਸੋਸ ਨਹੀਂ ਅਮਰੀਕੀ ਰਾਸ਼ਟਰਪਤੀ ਵਾਈਡਨ ਦਾ ਬਿਆਨ ਅਮਰੀਕਾ ਵਿੱਚ ਸਿੱਖ ਮੁਲਾਜ਼ਮ ਨੂੰ ਦਾੜੀ ਸ਼ੇਵ ਕਰਨ ਦੇ ਹੁਕਮ ਅਮਰੀਕਾ ਦੇ ਸ਼ਾਪਿੰਗ ਮਾਲ ਦੇ ਵਿੱਚ ਗੋਲੀਬਾਰੀ ਇੱਕ ਹਲਾਕ ਤਿੰਨ ਜ਼ਖਮੀ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਅਮਰੀਕਾ ਕੈਨੇਡਾ ਸਣੇ ਦੇਸ਼-ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਕੈਨੇਡਾ ਵੱਲੋਂ ਕੁਮਾਂਤਰੀ ਵਿਦਿਆਰਥੀਆਂ ਨੂੰ ਖੁੱਲ੍ਹ ਮੰਨ ਨਾਲ ਸੱਦਾ ਦਿੱਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਹੀ ਪਿਛਲੇ ਸਾਲ ਕੁਮਾਂਤਰੀ ਵਿਦਿਆਰਥੀਆਂ ਨੂੰ ਸੱਦਣ ਦੇ ਮਾਮਲੇ ਦੇ ਵਿੱਚ ਇਸ ਦੇਸ਼ ਨੇ ਆਪਣਾ ਹੀ ਪਿਛਲਾ ਰਿਕਾਰਡ ਤੋੜ ਦਿੱਤਾ। 2022 ਵਿੱਚ ਭਾਰਤ ਸਣੇ 184 ਦੇਸ਼ਾਂ ਤੋਂ 5.5 ਲੱਖ ਤੋਂ ਵੱਧ ਕੁਮਾਂਤਰੀ ਵਿਦਿਆਰਥੀ ਕੈਨੇਡਾ ਪੁੱਜੇ ਮੌਜੂਦਾ ਸਮੇਂ 8 ਲੱਖ ਤੋਂ ਵੱਧ ਕੁਮਾਂਤਰੀ ਪੜ੍ਹੇ ਇਸ ਮੁਲਕ ਵਿੱਚ ਪੜ੍ਹਾਈ ਕਰ ਰਹੇ ਨੇ ਕੈਨੇਡਾ ਚ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਦੇ ਮਾਮਲੇ ਚ ਭਾਰਤੀਆਂ ਨੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ ਕਿਉਂਕਿ ਮੌਜੂਦਾ ਸਮੇਂ ਹੋਰਨਾ ਮੁਲਕਾਂ ਦੇ ਮੁਕਾਬਲੇ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਕੈਨੇਡਾ ਚ ਪੜ੍ਹਾਈ ਕਰਨਾ ਵਿੱਚ ਆਉਂਦੇ ਨੇ ਤੇ ਘਰ ਵੀ ਰਹੇ ਨੇ ਭਾਰਤ ਅਤੇ ਫਿਜੀ ਨੇ ਵੀਰਵਾਰ ਨੂੰ ਡਿਪਲੋਮੈਟਿਕ ਅਤੇ ਅਧਿਕਾਰਤ ਪਾਸਪੋਰਟ ਧਾਰਕਾਂ ਦੇ ਲਈ ਵੀਜ਼ਾ ਛੋਟ ਸੰਬੰਧਿਕ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਫਿਜੀ ਦੇ ਪ੍ਰਧਾਨ ਮੰਤਰੀ ਸਿਚਵਨੀ ਦੇ ਇਸ ਆਦਾਨ ਪ੍ਰਦਾਨ ਦੇ ਗਵਾਹ ਪੜੇ ਜੈ ਸ਼ੰਕਰ ਨੇ ਇਸ ਮੌਕੇ ਤੇ ਕਿਹਾ ਕਿ ਮੈਂ ਹੁਣੇ ਹੀ ਵੀਜ਼ਾ ਮੁਆਫੀ ਦੇ ਸਮਝੌਤੇ ਤੇ ਹਸਤਾਖਰ ਕੀਤੇ ਨੇ ਅਤੇ ਇਸ ਦਾ ਆਦਾਨ ਪ੍ਰਦਾਨ ਕੀਤਾਏ ਇਸ ਸਾਡੇ ਦੋਵਾਂ ਦੇਸ਼ਾਂ ਦੇ ਵਿਚਕਾਰ ਵੱਧ ਤੋਂ ਵੱਧ ਯਾਤਰਾ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਮਦਦਗਾਰ ਹੋਏਗਾ ਫਿਜੀ ਦੇ ਪ੍ਰਧਾਨ ਮੰਤਰੀ ਨੇ ਸਮਝੌਤਿਆਂ ਦੇ ਅਦਾਨ ਪ੍ਰਦਾਨ ਨੂੰ ਇੱਕ ਇਤਿਹਾਸਕ ਪ੍ਰਾਪਤੀ ਦੱਸਿਆ ਅਤੇ ਕਿਹਾ ਕਿ ਵਿਕਾਸ ਦੇ ਮੁੱਖ ਖੇਤਰਾਂ ਖਾਸ ਤੌਰ ਤੇ ਸਿਹਤ ਅਤੇ ਸਿੱਖਿਆ ਵਿੱਚ ਆਪਸੀ ਸਹਿਯੋਗ ਨੂੰ ਅੱਗੇ ਵਧਾਉਣ ਦੇ ਲਈ ਸਕਾਰਾਤਮਕ ਚਰਚਾ ਕੀਤੀ ਗਈ ਅਮਰੀਕਾ ਦੇ ਰਾਸ਼ਟਰਪਤੀ ਜੋ ਵਾਈਡਨ ਨੇ ਅਸਮਾਨ ਦੇ ਵਿੱਚ ਉੱਡ ਰਹੇ ਸ਼ੱਕੀ ਗੁਬਾਰਿਆਂ ਨੂੰ ਡੇਗਣ ਤੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਬੇਰਵਾਰ ਦੇ ਰਾਤ ਕਿਹਾ ਕਿ ਅਸੀਂ ਚਾਈਨਾ ਦੇ ਨਾਲ ਨਵੀਂ ਕੋਲਡ ਵਾਰ ਨਹੀਂ ਚਾਹੁੰਦੇ ਪਰ ਪਿਛਲੇ ਕੁਝ ਦਿਨਾਂ ਤੋਂ ਆਸਮਾਨ ਵਿੱਚ ਉੱਡ ਰਹੇ ਗੁਬਾਰਿਆਂ ਨੂੰ ਹੇਠਾਂ ਸੁੱਟਣ ਤਾਂ ਮੈਨੂੰ ਕੋਈ ਪਛਤਾਵਾ ਨਹੀਂ ਹੈ ਅਸੀਂ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਅਜਿਹੇ ਫੈਸਲੇ ਲੈਂਦੇ ਰਹਾਂਗੇ ਪਿਛਲੇ ਦਿਨੀਆ ਅਮਰੀਕਾ ਦੇ ਅਲਾਸਕਾ ਕੈਨੇਡਾ ਅਤੇ ਮਿਸ਼ਰੀ ਗੰਦ ਦੇ ਵਿੱਚ ਉੱਡਣ ਵਾਲੀਆਂ ਵਸਤੂਆਂ ਦੇਖੀਆਂ ਗਈਆਂ ਉਹਨਾਂ ਨੂੰ ਤਨਥਾਵਾਂ ਤੇ ਮਾਰਿਆ ਗਿਆ ਇਸ ਤੇ ਜੋ ਵਾਈਡਨ ਨੇ ਕਿਹਾ ਕਿ ਫਲਹਾਲ ਅਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਆ ਕਿਸੀ ਜੋ ਤਿੰਨ ਸ਼ੱਕੀ ਚੀਜ਼ਾਂ ਨੂੰ ਮਾਰਿਆ ਹੈ ਉਹ ਕਿਹੜੀਆਂ ਸਨ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਚੀਨ ਤੋਂ ਭੇਜੇ ਗਏ ਜਸੂਸੀ ਗੁਬਾਰੇ ਸੀ ਜਾਂ ਉਹਨਾਂ ਨੂੰ ਕਿਸੇ ਹੋਰ ਦੇਸ਼ ਨੇ ਨਿਗਰਾਨੀ ਲਈ ਭੇਜਿਆ ਸੀ ਇੰਟੈਲੀਜੈਂਸ ਕਮਿਊਨਿਟੀ ਕੋਲ ਵੀ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਤਾਇਬਾਨ ਨੂੰ ਹਥਿਆਰਾਂ ਦੀ ਵਿਕਰੀ ਤੋਂ ਬਖਲਾਏ ਚਾਈਨਾ ਨੇ ਅਮਰੀਕਾ ਦੀਆਂ ਦੋ ਰੱਖਿਆ ਕੰਪਨੀਆਂ ਤੇ ਪਾਬੰਦੀ ਲਗਾ ਦਿੱਤੀ ਹੈ ਚਾਈਨਾ ਦੇ ਵਣਜ ਮੰਤਰੀ ਨਾਲਾ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਨੇ ਲੋਕ ਹੀਡ ਮੋਰਟਨ ਕਾਰਪੋਰੇਸ਼ਨ ਅਤੇ ਰਾਥਿਓਨ ਟੈਕਨੋਲੋਜੀ ਕਾਰਪੋਰੇਸ਼ਨ ਨੂੰ ਭਰੋਸੇਯੋਗ ਸੰਸਥਾਵਾਂ ਦੀ ਸੂਚੀ ਵਿੱਚ ਪਾ ਦਿੱਤਾ ਹੈ ਇਹ ਪਾਬੰਦੀਆਂ ਇਨ੍ਹਾਂ ਰੱਖਿਆ ਕੰਪਨੀਆਂ ਨੂੰ ਚਾਈਨਾ ਨਾਲ ਸੰਬੰਧਤ ਆਯਾਤ ਅਤੇ ਨਿਰਯਾਤ ਗਤੀਵਿਧੀਆਂ 'ਚ ਸ਼ਾਮਲ ਹੋਣ ਤੋਂ ਰੋਕਦੀਆਂ ਨੇ ਇਨ੍ਹਾਂ ਕੰਪਨੀਆਂ ਨੇ ਤਾਇਬਾਨ ਨੂੰ ਹਥਿਆਰ ਵੇਚੇ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਫਰਵਰੀ ਵਿੱਚ ਚੀਨ ਨੇ ਤਾਈਬਾਨ ਨੂੰ 10 ਕਰੋੜ ਡਾਲਰ ਦੇ ਹਥਿਆਰਾਂ ਦੀ ਵਿਕਰੀ ਤੇ ਦੋ ਫਾਰਮਾਂ ਤੇ ਪਾਬੰਦੀ ਲਗਾ ਦਿੱਤੀ ਸੀ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਕਰੀ ਚੀਨ ਦੇ ਰੱਖਿਆ ਹਿੱਤਾਂ ਨੂੰ ਕਮਜ਼ੋਰ ਕਰਦੀ ਹੈ ਅਤੇ ਚੀਨ ਅਮਰੀਕੀ ਸਬੰਧਾਂ ਤੇ ਤਾਈਬਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਗੰਭੀਰਤਾ ਨਾਲ ਕਮਜ਼ੋਰ ਕਰਦੀ ਹੈ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਜੇਲ੍ਹ ਵਿਭਾਗ ਵਿੱਚ ਕੰਮ ਕਰਦੇ ਸਿੱਖ ਮੁਲਾਜ਼ਮਾਂ ਨੂੰ ਦਾੜੀ ਸ਼ੇਵ ਕਰਨ ਜਾਂ ਸਖਤ ਕਾਰਵਾਈ ਦੇ ਲਈ ਤਿਆਰ-ਬਰ-ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਨੇ ਨਾਗਰਿਕ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਦੇ ਵੱਲੋਂ ਕੈਲੀਫੋਰਨੀਆ ਡਿਪਾਰਟਮੈਂਟ ਆਫ ਕ੍ਰੈਕਸ਼ਨਜ਼ ਐਂਡ ਰੀਹੈਬਿਲਿਟੇਸ਼ਨ ਦੇ ਹੁਕਮਾਂ ਨੂੰ ਸਿੱਖਾਂ ਅਤੇ ਕਾਲਿਆਂ ਨਾਲ ਸਰ ਸਰਤਕ ਕੇ ਸ਼ਾਹੀ ਕਰਾਰ ਦਿੱਤਾ ਹੈ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਚ ਦਾੜੀ ਕੱਟਣ ਦੇ ਹੁਕਮ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ ਲਾ ਇਨਫੋਰਸਮੈਂਟ ਏਜੰਸੀ ਵੱਲੋਂ ਕੀਆ ਗਿਆ ਸਕਾ ਕਿ ਜਿਹੜੇ ਲੋਕ ਕਿਸੇ ਵੀ ਧਾਰਮਿਕ ਜਾਂ ਡਾਕਟਰੀ ਕਾਰਨ ਕਰਕੇ ਦਾੜੀ ਰੱਖਦੇ ਨੇ ਉਹਨਾਂ ਨੂੰ ਹੁਣ ਦਾੜੀ ਸ਼ੇਵ ਕਰਨੀ ਪਵੇਗੀ ਨਾਗਰਿਕ ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ ਇਹ ਕਦਮ ਸਿੱਖਾਂ ਅਤੇ ਕਾਲੇ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਚੁੱਕਿਆ ਗਿਆ ਹੈ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨਸ ਐਂਡ ਰੀਹੈਬਿਲਿਟੇਸ਼ਨ ਨੇ 1 ਫਰਵਰੀ ਨੂੰ ਇੱਕ ਆਦੇਸ਼ ਵਿੱਚ ਕਿਹਾ ਕਿਸਟਾਫ ਮੈਂਬਰਾਂ ਨੂੰ ਆਪਣੀ ਦਾੜੀ ਕਟਵਾੜੀ ਹੋਏਗੀ ਭਾਵੇਂ ਉਹਨਾਂ ਦੇ ਕੋਲ ਦਾੜੀ ਰੱਖਣ ਦਾ ਕੋਈ ਧਾਰਮਿਕ ਜਾਂ ਡਾਕਟਰੀ ਕਾਰਨ ਕਿਉਂ ਨਾ ਹੋਵੇ ਸੀਡੀਸੀਆਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਵਿਡ-19 ਸੁਰੱਖਿਆ ਉਪਵਾਮਾਂ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤੇ ਗਏ ਨੇ ਅਮਰੀਕਨ ਸਿਵਲ ਲਿਬਰਟिज ਯੂਨੀਅਨ ਅਤੇ ਸਿੱਖ ਕੋਲੀਸ਼ਨ ਆਫ ਨਾਰਥਰਨ ਕੈਲੀਫੋਰਨੀਆ ਦੇ ਅਨੁਸਾਰ ਨਵੀਂ ਨੀਤੀ ਸਿੱਖਾਂ ਅਤੇ ਕਾਲੇ ਅਮਰੀਕੀ ਵਰਗੀਆਂ ਧਾਰਮਿਕ ਘੱਟ ਗਿਣਤੀਆਂ ਨੂੰ ਅਸਪਸ਼ਟ ਤੌਰ ਤੇ ਨਿਸ਼ਾਨਾ ਬਣਾਇਆ ਹੈ। ਸੋ ਇੱਕ ਕੋਲੀਸ਼ਨ ਦੀ ਸੀਨੀਅਰ ਕਾਨੂੰਨੀ ਸਲਾਹਕਾਰ ਹਰਸਿਮਰਨ ਕੌਰ ਨੇ ਐਨਵੀਸੀ ਨਿਊਜ਼ ਨੂੰ ਦੱਸਿਆ ਕਿ ਉਹਨਾਂ ਨੇ ਇੱਕ ਵਿਆਪਕ ਨੀਤੀ ਲਾਗੂ ਕੀਤੀ ਹੈ ਕਿ ਸਾਰੇ ਅਧਿਕਾਰੀਆਂ ਨੂੰ ਐਨ 95 마스크 ਪੈਣ ਦੇ ਲਈ ਆਪਣੀ ਦਾੜੀ ਕਟਵਾਉਣੀ ਲਾਜ਼ਮੀ ਹੈ। ਹਰ ਸਿਮਰਨ ਕੋਰ ਨੇ ਕਿਹਾ ਪਰ ਅਸੀਂ ਜਾਣਦੇ ਹਾਂ ਕਿ ਅਜਿਹੇ ਵਿਕਲਪ ਰੈਸਪੀਰੇਟਸ ਨੇ ਜਦਾੜੀ ਵਾਲੇ ਲੋਕ ਸੁਰੱਖਿਅਤ ਢੰਗ ਨਾਲ ਆਪਣੇ ਕੰਮ ਕਰਨ ਦੇ ਲਈ ਪਹਿਨ ਸਕਦੇ ਨੇ ਸਾਨੂੰ ਲੱਗਦਾ ਹੈ ਕਿ ਦਾੜੀ ਵਾਲੇ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਉਹਨਾਂ ਦੇ ਨਾਗਰਿਕ ਅਧਿਕਾਰਾਂ ਨੂੰ ਕੁਚਲਣ ਦਾ ਇੱਕ ਤਰੀਕਾ ਹੈ ਅਮਰੀਕਾ ਦੇ ਇੱਕ ਸ਼ਾਪਿੰਗ ਮਾਲ ਦੇ ਵਿੱਚ ਹੋਈ ਗੋਲੀਬਾਰੀ ਦੇ ਦੌਰਾਨ ਦੋ ਜਾਣਿਆਂ ਦੀ ਮੌਤ ਹੋ ਗਈ ਤਿੰਨ ਹੋਰ ਜ਼ਖਮੀ ਦੱਸੇ ਜਾ ਰਹੇ ਨੇ ਟੈਕਸਾਸ ਸੂਬੇ ਦੇ ਅਲਪਾਸੋ ਸ਼ਹਿਰ ਦਾ ਸੀਐਲਓ ਵਿਜ਼ਟਾ ਮਾਲ ਵਿੱਚ ਉਸ ਜਗ੍ਹਾ ਤੋਂ ਕੁਝ ਕਦਮਾਂ ਦੀ ਦੂਰੀ ਤੇ ਸਥਿਤ ਹੈ ਜਿੱਥੇ 2019 ਚ ਗੋਲੀਬਾਰੀ ਦੇ ਦੌਰਾਨ 23 ਜਾਣਿਆਂ ਦੀ ਮੌਤ ਹੋ ਗਈ ਅਤੇ 2 ਦਰਜਨ ਤੋਂ ਵੱਧ ਜ਼ਖਮੀ ਹੋਏ ਸੀ ਟੈਕਸਾਸ ਦੇ ਸਿਆਲਾ ਸ਼ਾਪਿੰਗ ਮਾਲ ਵਿੱਚ ਬੁੱਧਵਾਰ ਨੂੰ ਗੋਲੀਬਾਰੀ ਹੋਈ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਇਸ ਲਈ ਉੱਥੇ ਹੀ ਤਿੰਨ ਹੋਰ ਲੋਕ ਜ਼ਖਮੀ ਹੋਏ ਨੇ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆਏ ਪਰ ਦੂਜੀ ਵਾਰਦਾਤ ਦੇ ਵਿੱਚ ਸ਼ਾਮਲ ਦੋਸ਼ੀਆਂ ਦੀ ਭਾਲ ਜਾਰੀ ਹੈ ਪੁਲਿਸ ਬੁਲਾਰੇ ਰੌਬਰਟ ਨੇ ਕਿਹਾ ਕਿ ਸਾਡੇ ਕੋਲ ਇੱਕ ਵਿਅਕਤੀ ਹਿਰਾਸਤ ਵਿੱਚ ਹੈ ਗੋਲੀਆਂ ਚੱਲਣ ਦੇ ਕਾਰਨ ਮੌਲ ਵਿੱਚ ਦਹਿਸ਼ਤ ਦਾ ਮਾਹੌਲ ਪੈਣ ਗਿਆ ਕੁਮੋ ਉਸ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਫਲਹਾਲ ਇਸ ਪੂਰੀ ਘਟਨਾ ਚ ਕੋਈ ਹੋਰ ਵਿਅਕਤੀ ਸ਼ਾਮਲ ਹੋ ਸਕਦਾ ਹੈ ਇਸ ਲਈ ਹੁਣ ਮਾਲ ਦੀ ਵਿਆਪਕ ਤਲਾਸ਼ੀ ਲਈ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਮਾਲ ਵਿੱਚ ਗੋਲੀਬਾਰੀ ਕਿਸ ਨਤੀਜੇ ਨਾਲ ਕੀਤੀ ਗਈ ਇਸ ਦਾ ਮਕਸਦ ਅਜੇ ਸਪਸ਼ਟ ਨਹੀਂ ਹੋਇਆ ਹੈ ਪੁਲਿਸ ਬੁਲਾਰੇ ਰੌਬਰਟ ਨੇ ਕਿਹਾ ਕੀ ਹਫੜਾ ਦਫੜੀ ਵਾਲਾ ਸੀ ਜਿਵੇਂ 몰 ਵਿੱਚ ਗੋਲੀਬਾਰੀ ਹੋਈ ਤਾਂ ਲੋਕ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜੇ ਉਹਨਾਂ ਨੇ ਕਿਹਾ ਕਿ ਉੱਥੇ ਮੌਜੂਦ ਲੋਕ ਡਰ ਗਏ ਪੁਲਿਸ ਬੁਲਾਰੇ ਰੌਬਰਟ ਨੇ ਦੱਸਿਆ ਕਿ ਜ਼ਖਮੀਆਂ ਚੋਂ ਤਿੰਨ ਨੂੰ ਹਸਪੀਟਲ ਭੇਜਤੀ ਕਰਵਾਇਆ ਗਿਆ ਹੈ ਹਾਲਾਂਕਿ ਉਸ ਦੀ ਹਾਲਤ ਦਾ ਪਤਾ ਨਹੀਂ ਲੱਗ ਸਕਿਆ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕੀ ਸੀਨ ਸੁਰੱਖਿਅਤ ਹੈ ਅਤੇ ਅਧਿਕਾਰੀ ਇਸ ਦੀ ਪੁਸ਼ਟੀ ਕਰਨ ਲਈ ਪੂਰੇ ਮਾਲ ਦੀ ਜਾਂਚ ਕਰ ਰਹੇ ਨੇ ਸਥਾਨਕ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਹੈ ਕਿ ਮਾਲ ਦੇ ਫੂਡ ਕੋਰਟ ਅਤੇ ਡਲੋਰਡ ਦੇ ਡਿਪਾਰਟਮੈਂਟ ਸਟੋਰ ਦੇ ਵਿੱਚ ਗੋਲੀਬਾਰੀ ਹੋਈ ਹੈ ਜਿਸ ਤੋਂ ਬਾਅਦ ਸ਼ਾਮ 5 ਵਜੇ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਮਾਲ ਬੁਲਾਇਆ ਗਿਆ ਰੌਬਰਟ ਮਾਲ ਦੇ ਇੱਕ ਚਸ਼ਮਦੀਦ ਨੇ ਕਿਹਾ ਕਿ ਉਹਨਾਂ ਨੇ ਲੋਕਾਂ ਨੂੰ ਬਾਹਰ ਨਿਕਲਣ ਦੇ ਲਈ ਪਛਤੇ ਦੇਖਿਆ ਉਹਨਾਂ ਨੇ ਕਿਹਾ ਕਿ ਉਹ ਆਪਣੀ ਕਾਰ ਤੇ ਸਹੀ ਸਲਾਮਤ ਪਹੁੰਚ ਗਏ ਅਤੇ ਲੋਕ ਮੌਕੇ ਤੋਂ ਸੁਰੱਖਿਅਤ ਨਿਕਲ ਗਏ ਕਈ ਪ੍ਰਮੁੱਖ ਭਾਰਤੀ ਅਮਰੀਕੀਆਂ ਦਾ ਮੰਨਣਾ ਹੈ ਕਿ ਰਿਪਬਲਿਕਨ ਪਾਰਟੀ ਦੀ ਨੇਤਾ ਨਿੱਕੀ ਹੈਲੀ ਰੰਦਾਵਾ ਕੋਲ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣਨ ਦੇ ਲਈ ਚੰਗੀ ਸਤਾਖ ਅਤੇ ਲੀਡਰਸ਼ਿਪ ਸਮਰੱਥਾ ਹੈ ਅਮਰੀਕਾ ਚ ਰਿਪਬਲਿਕਨ ਪਾਰਟੀ ਦੀ ਭਾਰਤੀ ਮੂਲ ਦੀ ਹੈਲੀ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ 'ਚ ਆਪਣੇ ਦਾਅਵੇ ਦੇ ਲਈ ਬੁੱਧਵਾਰ ਨੂੰ ਰਸਮੀ ਤੌਰ ਤੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ ਖੁਦ ਨੂੰ ਇੱਕ ਨੌਜਵਾਨ ਅਤੇ ਨਵੇਂ ਬਦਲ ਵਜੋਂ ਪੇਸ਼ ਕੀਤਾ। ਇੰਡੀਆਸਪੌਰਾ ਦੇ ਸੰਸਥਾਪਕ ਐਮ ਆਰ ਰੰਗਾ ਸੁਆਮੀ ਨੇ ਕਿਹਾ ਸਾਊਥ ਕੈਰੋਲਿਨਾ ਦੇ ਗਵਰਨਰ ਵਜੋਂ ਨਿੱਕੀ ਹੈਲੀ ਕੋਲ ਚੰਗੀ ਸਾਖ ਹੈ ਅਤੇ ਉਹਨਾਂ ਦੇ ਕੋਲ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਵਜੋਂ ਵਿਦੇਸ਼ ਨੀਤੀ ਦਾ ਤਜਰਬਾ ਵੀ ਹੈ। ਦਕਣੀ ਕੈਰੋਲਿਨਾ ਦੀ ਦੋ ਵਾਰ ਗਵਰਨਰ ਰਹਿ ਚੁੱਕੀ ਹੈ ਲੀ ਰਾਸ਼ਟਰਪਤੀ ਦੀ ਚੋਣ ਲੜਨ ਵਾਲੀ ਤੀਜੀ ਭਾਰਤੀ ਅਮਰੀਕੀ ਹੈ ਇਸ ਤੋਂ ਪਹਿਲਾਂ ਬੌਬੀ ਜੰਦਲ ਨੇ 2016 ਚ ਅਤੇ ਕਮਲਾ ਹੈਰਿਸ ਨੇ 2020 ਵਿੱਚ ਆਪਣੇ ਅਹੁਦੇ ਦੇ ਲਈ ਆਪਣੀ ਉਮੀਦਵਾਰੀ ਪੇਸ਼ ਕੀਤੀ ਸੀ ਹੈਰਿਸ ਇਸ ਸਮੇਂ ਦੇਸ਼ ਦੇ ਉਪ ਰਾਸ਼ਟਰਪਤੀ ਨੇ ਰੰਗਾ ਸੁਆਮੀ ਨੇ ਦੱਸਿਆ ਕਿ ਰਿਪਬਲਿਕਨ ਪਾਰਟੀ ਵਿੱਚ ਭਾਰਤੀ ਅਮਰੀਕੀਆਂ ਦੀ ਤਰੱਕੀ ਅਤੇ ਡੈਮੋਕ੍ਰੈਟਿਕ ਪਾਰਟੀ ਵਿੱਚ ਉਹਨਾਂ ਨੂੰ ਦਿੱਤੇ ਜਾ ਰਹੇ ਮਹੱਤਵ ਨੂੰ ਦੇਖ ਕੇ ਖੁਸ਼ੀ ਹੋਈ ਦਕਣੀ ਕੋਲੰਬੀਆ ਦੇ ਰਾਜ ਬਸੂ ਦੇਵ ਕਰੀਬ 30 ਸਾਲਾਂ ਤੋਂ ਨਿੱਕੀ ਹੈਲੀ ਜਾਣਦੇ ਨੇ ਉਹਨਾਂ ਨੇ ਕਿਹਾ ਕਿ ਉਹ ਜ਼ਿਆਦਾਤਰ ਸੈਂਟਰਿਸਟਾਂ ਦੀ ਨੁਮਾਇੰਦਗੀ ਕਰਦੀ ਹੈ ਉਹ ਕਟੜਪੰਥੀ ਵੀ ਨਹੀਂ ਜਿਸ ਤਰ੍ਹਾਂ ਉਹਨਾਂ ਨੂੰ ਦੱਖਣੀ ਕੈਰੋਲਿਨਾ ਦੀ ਨੁਮਾਇੰਦਗੀ ਕੀਤੀ ਹੈ ਇਹ ਸ਼ਾਨਦਾਰ ਹੈ ਹੈਲੀ ਦੀ ਰਾਸ਼ਟਰਪਤੀ ਚੋਣ ਮਹਿਮ ਦੀ ਰਸਮੀ ਸ਼ੁਰੂਆਤ ਮੌਕੇ ਵਾਸਤੂ ਦੇਵ ਅਤੇ ਉਹਨਾਂ ਦੀ ਪਤਨੀ 도ਵੇ ਮੌਜੂਦ ਸਨ ਉਹਨਾਂ ਨੇ ਕਿਹਾ ਸਾਨੂੰ ਉਹਨਾਂ ਤੇ ਵਿਸ਼ਵਾਸ ਹੈ ਉਹ ਦਿਲ ਦੇ ਬਹੁਤ ਚੰਗੇ ਤੇ ਬੁੱਧੀਮਾਨ ਨੇ ਸਾਡਾ ਮੰਨਣਾ ਹੈ ਕਿ ਦੋਵੇਂ ਤਰ੍ਹਾਂ ਨੂੰ ਇਕੱਠਾ ਵੀ ਕਰ ਸਕਦੇ ਨੇ ਵਾਸੂਦੇਵ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਉਦੇਸ਼ ਲਈ ਚੰਗਾ ਕੰਮ ਕਰਨਗੇ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪਰਿਸ਼ਦ ਨੇ ਇੱਕ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਉਸਤਾਮਾ ਬਿੰ ਲਾਦੀਨ ਦਾ ਵਫਾਦਾਰ ਸੈਫ ﺍﻟअਦੀਲ ﺍﻟकायदा ਦਾ ਨਵਾਂ ਮੁਖੀ ਬਣ ਗਿਆ ਹੈ ਜੋ ਇਸ ਸਮੇਂ ਇਰਾਨ ਤੋਂ ਸੰਚਾਲਿਤ ਹੈ ਰੀਪੋਰਟ ਦੇ ਮਤਾਬਕ ਅਮਰੀਕਾ ਵੱਲੋਂ ਕੀਤੇ ਗਏ ਹਮਲੇ ਦੇ ਵਿੱਚ ਆਯਮਨ ਅਲ ਜ਼ਵਹਾਰੀ ਦੀ ਮੌਤ ਤੋਂ ਬਾਅਦ ਸੈਫਲ ਅਦੇਲ ਨੂੰ ਅਲ ਕਾਇਦਾ ਦਾ ਮੁਖੀ ਚੁਣ ਲਿਆ ਗਿਆ ਸੀ ਹਾਲਾਂਕਿ ਤਾਲਿਬਾਨ ਦੇ ਸੱਤਾ 'ਚ ਆਉਣ ਤੋਂ ਬਾਅਦ ਅਫਗਾਨਿਸਤਾਨ ਦੀ ਰਾਜਨੀਤੀ ਚਾਈ ਉਥਲ-ਪੁਥਲ ਦਾ ਕਾਰਨ ਅਲ ਕਾਇਦਾ ਫਲ ਹਾਲ ਇਸ ਦਾ ਐਲਾਨ ਕਰਨ ਤੋਂ ਗੁਰੇਜ਼ ਕਰ ਰਹੀ ਹੈ ਰਿਪੋਰਟਸ ਕਿਹਾ ਗਿਆ ਹੈ ਕਿ 2021 'ਚ ਸੱਤਾ ਚੁਣ ਤੋਂ ਬਾਅਦ ਤਾਲਿਬਾਨ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਸਵੀਕਾਰਤਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਕਾਰਨ ਉਸਨੇ ਅਮਰੀਕਾ ਨਾਲ ਇੱਕ ਸਮਝੌਤਾ ਕੀਤਾ ਸੀ ਜਿਸ ਵਿੱਚ ਇਹ ਲਿਖਿਆ ਗਿਆ ਸੀ ਕਿ ਉਹ ਆਪਣੀ ਧਰਤੀ ਤੋਂ ਕਿਸੇ ਵੀ ਅੱਤਵਾਦੀ ਸੰਗਠਨ ਨੂੰ ਕੰਮ ਕਰਨ ਦੀ ਆਗਿਆ ਨਹੀਂ ਦੇਗਾ ਅਜਿਹੇ 'ਚ ਜੇਕਰ ਅਲ ਕਾਇਦਾ ਸਹਿਫਲ ਅਦελ ਨੂੰ ਨਵਾਂ ਮੁਖੀ ਐਲਾਨਦਾ ਹੈ ਤਾਂ ਇਸ ਨਾਲ ਤਾਲੀਬਾਨ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਅਦελ ਤੇ ਅਮਰੀਕਾ ਨੇ 82 ਕਰੋੜ ਦਾ ਇਨਾਮ ਰੱਖਿਆ ਸੀ ਨਾਲ ਹੀ ਇਸਨੇ ਤੰਜ਼ਾਨੀਆ ਤੇ ਕੀਨੀਆ 'ਚ ਅਮਰੀਕੀ ਦੂਤਵਾਸਾਂ ਤੇ ਹਮਲੇ ਦੀ ਸਾਜ਼ਿਸ਼ ਵੀ ਰਚੀ ਹੈ ਹਾਲਾਂਕਿ ਸੰਯੁਕਤ ਰਾਸ਼ਟਰ ਦੇ ਕਈ ਮੈਂਬਰਾਂ ਦਾ ਮੰਨਣਾ ਹੈ ਕਿ ਅਦੇਲ ਦੇ ਲੰਬੇ ਸਮੇਂ ਤੱਕ ਇਰਾਨ 'ਚ ਰਹਿਣ ਕਾਰਨ ਅਲਕਾਇਦਾ ਦਾ ਮੁਖੀ ਬਣਨ ਤੇ ਚੁੱਪੀ ਧਾਰੀ ਹੋਈ ਹੈ ਮੰਨਿਆ ਜਾਂਦਾ ਹੈ ਕਿ ਸੈਫ ਅਦੇਲ ਲਿਬਨਾਨ ਗਿਆ ਸੀ ਖਾਰਤੂਮ ਦੇ ਖਾਲੀ ਖੇਤਾਂ 'ਚ ਅਤਵਾਦੀਆਂ ਨੂੰ ਵਿਸਫੋਟਕ ਬਣਾਉਣ ਤੇ ਵਰਤਣ ਦੀ ਸਖਲਾਈ ਦਿੱਤੀ ਗਈ ਸੀ ਅਦੇਲ ਅਲਕਾਇਦਾ ਦੀ ਮਜ਼ਲਮ ਐਸ਼ੂਰਾ ਅਤੇ ਮਿਲਟਰੀ ਕਮੇਟੀ ਦਾ ਮੈਂਬਰ ਹੈ ਉਸਨੇ ਅਫਗਾਨਿਸਤਾਨ, ਸ Sudan, ਪਾਕਿਸਤਾਨ ਵਿੱਚ ਕਈ ਨਜ਼ਰਬੰਦ ਕੈਂਪ ਵੀ ਚਲਾਏ। ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਨੇ ਕੈਪੀਟਲ ਦੇ ਸੰਕਟਮਈ ਆਰਕੀਟੈਕਟ ਬ੍ਰੈਟ ਬਲੈਂਟਨ ਨੂੰ ਬਰਖਾਸਤ ਕਰ ਦਿੱਤਾ। ਜੋ ਕਿ ਕਾਂਗਰਸ ਅਤੇ ਇਸਤੇ ਵਿਸਤ੍ਰਿਤ ਆਧਾਰਾਂ ਵਾਲੀ ਇਤਿਹਾਸਕ ਇਮਾਰਤ ਦੀ ਨਿਗਰਾਨੀ ਕਰਦਾ ਹੈ ਕਿਉਂਕਿ ਨਿੱਜੀ ਅਤੇ ਪ੍ਰਬੰਧਨ ਦੀਆਂ ਖਾਮੀਆਂ ਦੀ ਇੱਕ ਕਨਾਉਣੀ ਇਨਸਪੈਕਟਰ ਜਨਰਲ ਰਿਪੋਰਟ ਤੋਂ ਬਾਅਦ ਉਸ ਨੂੰ ਹਟਾਉਣ ਦੇ ਲਈ ਦਬਾਅ ਪਾਇਆ ਗਿਆ ਸੀ ਵਾਈਟ ਹਾਊਸ ਨੇ ਕਿਹਾ ਕਿ ਬਲੈਂਟਨ ਦੀ ਨਿਯੁਕਤੀ ਨੂੰ ਖਤਮ ਕਰ ਦਿੱਤਾ ਗਿਆ ਹੈ ਸਦਨ ਦੇ ਸਪੀਕਰ ਕੈਵਨ ਨੇ ਕਿਹਾ ਕਿ ਉਹ ਬਲੈਂਟਨ ਦੀ ਨੌਕਰੀ ਕਰਨ ਦੀ ਯੋਗਤਾ ਤੇ ਭਰੋਸਾ ਗਵਾ ਬੈਠੇਗਾ मनप्रीत मोनिका सिंह भारती मूल की एक औरत है जो अमेरिका रही है उसने अपने समाज देश खुद के दे लिए एक बहुत ही माण वाला काम किया है अमेरिका च बार भारती मूल की कोई सिख औरत जज बनी है भारती मूल की मनप्रीत मोनिका सिंह ने हैरिस काउंटी जज वजू सह चुकी है मोनिका सिंह का जन्म पालन पोषण अमेरिका के ਹਿਊਸਟਨ ਵਿੱਚ ਹੋਇਆ ਅਤੇ ਅੱਜ ਕੱਲ ਉਹ ਆਪਣੇ ਪਤੀ ਤੇ ਦੋ ਬੱਚਿਆਂ ਦੇ ਨਾਲ ਬਲੇਅਰ ਚ ਰਹਿੰਦੀ ਹੈ ਮੌਨਿਕਾ ਸਿੰਘ ਦੇ ਪਿਤਾ 1970 ਦੇ ਦਹਾਕੇ ਦੇ ਸ਼ੁਰੂ ਚ ਭਾਰਤ ਤੋਂ ਅਮਰੀਕਾ ਆਏ ਸਨ ਮੌਨਿਕਾ ਸਿੰਘ 20 ਸਾਲਾਂ ਤੋਂ ਵਕੀਲ ਵਜੋਂ ਕੰਮ ਕਰ ਰਹੀ ਸੀ ਉਹ ਰਾਜ ਅਤੇ ਰਾਸ਼ਟਰੀ ਪੱਧਰ ਤੇ ਕਈ ਨਾਗਰਿਕ ਅਧਿਕਾਰਾਂ ਸੰਗਠਨਾਵਾਂ ਨਾਲ ਜੁੜੀ ਰਹੀ ਹੈ ਮੌਨਿਕਾ ਨੇ ਸ਼ੁੱਕਰਵਾਰ ਨੂੰ ਟੈਕਸਾਸ ਦੇ ਵਿੱਚ ਲਾਅ ਨੰਬਰ 4 ਚ ਹੈਰਿਸ ਕਾਉਂਟੀ ਸਿਵਲ ਕੋਰਟ ਚ ਜੱਜ ਵਜੋਂ ਸੌ ਚੁੱਕੀ ਸੌਚੁਕ ਸਮਾਗਮ ਦੇ ਵਿੱਚ ਮਾਨਪ੍ਰਿਤ ਮੌਨਿਕਾ ਸਿੰਘ ਨੇ ਕਿਹਾ ਕਿ ਮੈਂ ਹਿਊਸਟਨ ਦੀ ਨੁਮਾਇੰਦਗੀ ਕਰਦੀ ਹਾਂ ਅਤੇ ਮੈਂ ਬਹੁਤ ਖੁਸ਼ ਹਾਂ ਇਹ ਔਦਾਂ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਮੌਨਿਕਾ ਦੇ ਸੌਚੁਕ ਸਮਾਗਮ ਦੀ ਪ੍ਰਧਾਨਗੀ ਭਾਰਤੀ ਅਮਰੀਕੀ ਜੱਜ ਰਵੀ ਸੈਂਡਲ ਨੇ ਕੀਤੀ ਜੋ ਸੂਪੇ ਦੇ ਪਹਿਲੇ ਦੱਖਣੀ ਏਸ਼ੀਆਈ ਜੱਜ ਸਨ ਉਹਨਾਂ ਨੇ ਕਿਹਾ ਕਿ ਮਾਨਪ੍ਰਿਤ ਸਿੱਖ ਕੌਮ ਦੇ ਲਈ ਨਹੀਂ ਸਗੋਂ ਔਰਤਾਂ ਦੇ ਲਈ ਵੀ ਪ੍ਰੇਰਣਾ ਸਰੋਤ ਬਣ ਚੁੱਕੀ ਹੈ ਸੌ ਚੁੱਕ ਸਮਾਗਮ ਦੇ ਦੌਰਾਨ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਅਦਾਲਤ ਵਿੱਚ ਮੌਜੂਦ ਸਨ ਇਸ ਦੌਰਾਨ ਜਸਟਿਸ ਮੈਡਲ ਨੇ ਆਪਣੇ ਸੰਬੋਧਨ ਚ ਕਿਹਾ ਇਹ ਸੱਚਮੁੱਚ ਸਿੱਖ ਕੌਮ ਦੇ ਲਈ ਬਹੁਤ ਵੱਡਾ ਪਲ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇੱਕ ਅਨੁਮਾਨ ਦੇ ਮੁਤਾਬਕ ਅਮਰੀਕਾ ਵਿੱਚ ਸਿੱਖਾਂ ਦੀ ਗਿਣਤੀ 5 ਲੱਖ ਦੇ ਕਰੀਬ ਹੈ ਅਤੇ ਇਹਨਾਂ 'ਚੋਂ 20 ਹਜ਼ਾਰ ਦੇ ਕਰੀਬ ਸਿੱਖ ਹਿਊਸਟਨ ਇਲਾਕੇ 'ਚ ਰਹਿੰਦੇ ਨੇ ਹਿਊਸਟਨ ਦੇ ਮੇਅਰ ਨੇ ਮਨਪ੍ਰੀਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਿੱਖ ਭਾਈਚਾਰੇ ਦੇ ਨਾਲ-ਨਾਲ ਹਿਊਸਟਨ ਦੇ ਲੋਕਾਂ ਦੇ ਲਈ ਵੀ ਬਹੁਤ ਮਾਣ ਵਾਲਾ ਦਿਨ ਹੈ ਕਿਉਂਕਿ ਉਹਨਾਂ ਨੂੰ ਵਿਭਿੰਨਤਾ ਦੇਖਣ ਨੂੰ ਮਿਲੀ ਹੈ ਅਮਰੀਕਾ ਨੇ ਇੱਕ ਵਾਰ ਫਿਰ ਪਾਕਿਸਤਾਨ ਤੇ ਪਿਆਰ ਜਤੌਂਦਿਆਂ ਇਸਲਾਮਾਬਾਦ ਨੂੰ ਆਪਣਾ ਅਹਿਮ ਸਹਿਯੋਗੀ ਦੱਸਿਆ ਹੈ ਅਮਰੀਕੀ ਵਿਦੇਸ਼ ਮੰਤਰਾਲਾ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਨਾਲ ਲੰਮੇ ਸਮੇਂ ਦੇ ਸਬੰਧਾਂ ਨੂੰ ਅਮਰੀਕਾ ਮਹੱਤਵ ਦਿੰਦਾ ਹੈ ਪਰ ਦੱਖਣੀ ਏਸ਼ੀਆਈ ਦੇਸ਼ ਦੀ ਮੌਜੂਦਾ ਘਰੇਲੂ ਸਿਆਸਤ ਤੇ ਕੋਈ ਟਿੱਪਣੀ ਨਹੀਂ ਕੀਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੈਡ ਪ੍ਰਾਈਸ ਨੇ ਆਪਣੀ ਪ੍ਰੈਸ ਕਾਨਫਰੰਸ ਪੱਤਰਕਾਰਾਂ ਨੂੰ ਕਿਹਾ ਅਸੀਂ ਪਾਕਿਸਤਾਨ ਦੇ ਨਾਲ ਆਪਣੇ ਲੰਬੇ ਸਮੇਂ ਦੇ ਸਹਿਯੋਗ ਨੂੰ ਮਹੱਤਵ ਦਿੰਦੇ ਹਾਂ ਅਸੀਂ ਹਮੇਸ਼ਾ ਇੱਕ ਖੁਸ਼ਹਾਲ ਅਤੇ ਲੋਕਤੰਤਰੀ ਪਾਕਿਸਤਾਨ ਨੂੰ ਆਪਣੇ ਹਿੱਤਾਂ ਦੇ ਲਈ ਜ਼ਰੂਰੀ ਸਮਝਾ ਹੈ ਜਿਸ ਵਿੱਚ ਕੋਈ ਬਦਲਾਅ ਹੋਣ ਵਾਲਾ ਨਹੀਂ ਹੈ ਅਸੀਂ ਕਿਸੇ ਵੀ ਦਰੋਪੱਖੀ ਸੰਬੰਧ ਪ੍ਰੋਪਗੈਂਡਾ ਗਲਤ ਗੁੰਮਰਾਹਕੁੰਨ ਸੂਚਨਾ ਨੂੰ ਨਹੀਂ ਆਉਣ ਦੇਵਾਂਗੇ ਭਾਵੇਂ ਹੀ ਉਹਨਾਂ ਦਾ ਅੰਤ ਹੋਵੇ ਜਾਂ ਹੋਵੇ ਔਰ ਪ੍ਰਾਈਸ ਨੇ ਕਿਹਾ ਇਸ ਵਿੱਚ ਸਪਸ਼ਟ ਤੌਰ ਤੇ ਪਾਕਿਸਤਾਨ ਦੇ ਨਾਲ ਸਾਡੇ ਮਹੱਤਵਪੂਰਨ ਦੋਪੱਖੀ ਸਬੰਧ ਸ਼ਾਮਲ ਨੇ ਜਿੱਥੋਂ ਤੱਕ ਪਾਕਿਸਤਾਨ ਅੰਦਰ ਵੱਖ-ਵੱਖ ਸਿਆਸੀ ਪਾਰਟੀਆਂ ਦੀ ਗੱਲ ਹੈ ਤਾਂ ਇੱਕ ਸਿਆਸੀ ਉਮੀਦਵਾਰ ਜਾਂ ਪਾਰਟੀ ਬਨਾਮ ਦੂਜੀ ਚ ਕੋਈ ਭੂਮਿਕਾ ਨਹੀਂ ਹੈ ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ ਜਿਵੇਂ ਕਿ ਅਸੀਂ ਦੁਨੀਆ ਪੱਛ ਕਰਦੇ ਹਾਂ ਲੋਕਤੰਤ੍ਰਿਕ ਸੰਵਿਧਾਨਿਕ ਅਤੇ ਕਾਨੂੰਨੀ ਸਿਧਾਂਤਾਂ ਦੇ ਸ਼ਾਂਤਮਈ ਸਮਰਥਨ ਕਰਦੇ ਹਾਂ ਉਹਨਾਂ ਨੇ ਹਾਲਾਂਕਿ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਆਪਣੇ ਬਿਆਨ ਤੋਂ ਪਲਟਣ ਤੇ ਕੋਈ ਟਿੱਪਣੀ ਨਹੀਂ ਕੀਤੀ। ਸੰਯੁਕਤ ਰਾਸ਼ਟਰ ਦੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦੇ ਅਨੁਸਾਰ ਲੀਬੀਆ ਦੇ ਤੱਟ ਤੇ ਇੱਕ ਕਿਸ਼ਤੇ ਦੇ ਡੁੱਬਣ ਤੋਂ ਬਾਅਦ ਘੱਟੋ-ਘੱਟ 73 ਪ੍ਰਵਾਸੀ ਲਾਪਤਾ ਨੇ ਅਤੇ ਫਿਲਹਾਲ ਉਹਨਾਂ ਨੂੰ ਮ੍ਰਿਤਕ ਮੰਨਿਆ ਜਾ ਰਿਹਾ। ਇਹ ਕਿਸ਼ਤੀ ਲੀਬੀਆ ਤੋਂ ਯੂਰਪ ਜਾ ਰਹੀ ਸੀ ਜਦੋਂ ਡੂੰਘੇ ਸਮੁੰਦਰ 'ਚ ਡੁੱਬ ਗਈ। ਮੰਗਲਵਾਰ ਨੂੰ ਜਹਾਜ਼ ਦੇ ਡੁੱਬਣ ਤੋਂ ਬਾਅਦ ਕੇਵਲ 7 ਲੋਕ ਬਚੇ ਪਰ ਹਸਪਤਾਲ ਵਿੱਚ ਬਹੁਤ ਗੰਭੀਰ ਸਥਿਤੀ ਵਿੱਚ ਨੇ। ਲੀਬੀਆ ਰੈੱਡ ਕ੍ਰੀਸੈਂਟ ਅਤੇ ਪੁਲਿਸ ਵੱਲੋਂ ਹੁਣ ਤੱਕ 11 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਕਿਸ਼ਤੀ ਰੂਟ ਤੇ ਯੂਰੋਪ ਜਾ ਰਹੀ ਸੀ ਜਿਸ ਨੂੰ ਆਈਓਐਮਏ ਨੇ ਦੁਨੀਆ ਦਾ ਸਭ ਤੋਂ ਘਾਤਕ ਪ੍ਰਵਾਸੀ ਸਮੁੰਦਰ ਲਾਂਗਾ ਕਿਹਾ ਹੈ ਇਸ ਸਾਲ ਮੈਡੀਟੇਰੀਅਨ ਸਾਗਰ ਤੇ ਖਤਰਨਾਕ ਯਾਤਰਾ ਕਰਦੇ ਹੋਏ 130 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਆਈਓਐਮਏ ਨੇ ਅੱਗੇ ਕਿਹਾ ਕਿ ਪਿਛਲੇ ਸਾਲ ਇਸ ਤੇ ਲਾਪਤਾ ਪ੍ਰਵਾਸੀ ਪ੍ਰੋਜੈਕਟ ਦੇ ਦੁਆਰਾ 1450 ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਸੀ ਸਮੂਹ ਦੇ ਬੁਲਾਰੇ ਸਫਾ ਨੇ ਕਿਹਾ ਕਿ ਇਹ ਸਥਿਤੀ ਅਸਹਿਣਸ਼ੀਲ ਹੈ ਵਸ ਸਹਿਲੀ ਨੇ ਕਿਹਾ ਕਿ ਖੋਜ ਅਤੇ ਬਚਾਅ ਸਮਰੱਥਾ ਨੂੰ ਵਧਾਉਣ ਖਤਰਨਾਕ ਸਫਰਾਂ ਨੂੰ ਘਟਾਉਣ ਦੇ ਲਈ ਹੋਰ ਯਤਨਾਂ ਦੀ ਲੋੜ ਹੈ ਹਿੰਸਾ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਕੁਝ ਮਾਮਲੇ ਇੰਨੇ ਖਤਰਨਾਕ ਹੁੰਦੇ ਨੇ ਕਿ ਉਹਨਾਂ ਬਾਰੇ ਸੁਣ ਕੇ ਹਰ ਕਿਸੇ ਦਾ ਦਿਲ ਕੰਬ ਜਾਂਦਾ ਏ। ਅਮਰੀਕਾ ਵਿੱਚ ਇਹਨਾਂ ਦਿਨ ਇੱਕ ਅਜੀਬੋ-ਗਰੀਬ ਮਾਮਲੇ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਥੇ ਇੱਕ ਅਜੇਹੀ ਔਰਤ ਦੇ ਕੇਸ ਚੱਲ ਰਿਹਾ ਹੈ ਜਿਸ ਨੇ ਆਪਣੇ ਪਤੀ ਦਾ ਸਰੀਰਕ ਤੌਰ ਤੇ ਤੰਗ ਕੀਤਾ ਅਤੇ ਫਿਰ ਜਦੋਂ ਅਦਾਲਤ ਵਿੱਚ ਉਸ ਨਾਲ ਸੰਬੰਧਿਤ ਸੁਣਵਾਈ ਚੱਲ ਰਹੀ ਸੀ ਤਾਂ ਉਸਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਡੇਲੀ ਸਟਾਰ ਨਿਊਜ਼ ਵੈੱਬਸਾਈਟ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਸਾਲ 22 ਫਰਵਰੀ ਨੂੰ ਗ੍ਰੀਨਵੇ ਵਿਸਕੋਨਸਿਨ ਦੇ ਰਹਿਣ ਵਾਲੀ 24 ਸਾਲਾ ਟੇਲਰ ਡੀ ਨੇ ਆਪਣੇ 25 ਸਾਲਾ ਪਤੀ ਦੀ ਹੱਤਿਆ ਕਰ ਦਿੱਤੀ ਸੀ ਅਤੇ ਉਸ ਦੇ ਟੁਕੜੇ ਕਰ ਦਿੱਤੇ ਸੀ। ਉਸ ਦੇ ਸਰੀਰ ਨੂੰ ਟੁਕੜਿਆਂ ਦੇ ਵਿੱਚ ਤੋੜ ਦਿੱਤਾ। ਉਸ ਨੇ ਪਤੀ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ, ਉਸ ਦਾ ਸਿਰ ਵੰਡ ਦਿੱਤਾ ਤੇ ਬਾਲਟੀ ਵਿੱਚ ਪਾ ਦਿੱਤਾ। ਉਸ ਨੇ ਟੁਕੜਿਆਂ ਨੂੰ ਕਮਰਿਆਂ ਦੇ ਵੱਖ-ਵੱਖ ਕੋਨਿਆਂ 'ਚ ਸੁੱਟ ਦਿੱਤਾ। ਪੁਲਿਸ ਦੇ ਮੁਤਾਬਕ ਔਰਤ ਨੇ ਫਰਵਰੀ 2022 'ਚ ਸਕੈਟ ਥਾਇਰਨ ਦੀ ਹੱਤਿਆ ਕਰ ਦਿੱਤੀ ਸੀ। ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਸਰੀਰ ਦੇ ਹੋਰ ਹਿੱਸਿਆਂ ਬਾਰੇ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਉਸ ਨੂੰ ਉਮੀਦ ਹੈ ਕਿ ਉਹ ਬਾਕੀ ਦੇ ਅੰਗਾਂ ਨੂੰ ਲੱਭ ਲੈਣ ਦੇ ਯੋਗ ਹੋਣਗੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਦੋਂ ਤੋਂ ਉਸ ਦੀ ਸੁਣਵਾਈ ਚੱਲ ਰਹੀ ਹੈ ਹਾਲ ਹੀ ਵਿੱਚ ਇਹ ਔਰਤ ਫਿਰ ਤੁਰਖੀਆਂ ਚਾਈ ਕਿਉਂਕਿ ਉਸ ਨੇ ਅਦਾਲਤ 'ਚ ਆਪਣੇ ਹੀ ਵਕੀਲ ਨਾਲ ਕੁੱਟਮਾਰ ਕੀਤੀ ਮਲਦਮ ਟੇਲਰ ਦੇ ਵਕੀਲ ਨੇ ਅਦਾਲਤ ਵਿੱਚ ਜੱਜ ਨੂੰ 2 ਹਫ਼ਤੇ ਹੋਰ ਦੇਣ ਦੇ ਲਈ ਕਿਹਾ ਤਾਂ ਜੋ ਬਚਾਅ ਮਾਰਾ ਨੂੰ ਪਤਾ ਲੱਗ ਸਕੇ ਕਿ ਉਸ ਦਾ ਮੁਵਕਲ ਮੁਕਦਮੇ ਦਾ ਸਾਹਮਣਾ ਕਰ ਸਕਦਾ ਹੈ ਜਾਂ ਨਹੀਂ ਇਹ ਸੁਣ ਕੇ ਟੇਲਰ ਗੁੱਸੇ 'ਚ ਆ ਗਈ ਅਤੇ ਉਸਨੇ ਵਕੀਲ ਤੇ ਹਮਲਾ ਕਰ ਦਿੱਤਾ ਉਸਨੇ ਵਕੀਲ ਨੂੰ ਦੋਵੇਂ ਹੱਥਾਂ ਨਾਲ ਧੱਕਾ ਦੇ ਕੇ ਹੇਠਾਂ ਸੁੱਟਿਆ ਫਿਰ ਪੁਲਿਸ ਨੂੰ ਦਖਲ ਦੇ ਕੇ ਵਕੀਲ ਨੂੰ ਬਚਾਉਣਾ ਪਿਆ ਇਸ ਹਫਤੇ ਹਾਈਟੀ ਦੇ ਸੰਕਟ ਬਾਰੇ ਕੈਰੀਬੀਆਈ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਦੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਸਾਉ ਪਹੁੰਚ ਚੁੱਕੇ ਨੇ ਪਰ ਕੁਝ ਮਾਰਾਂ ਵੱਲੋਂ ਉਹਨਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਫੌਜੀ ਕਾਰਵਾਈ ਕਰਨ ਦੀ ਸਲਾਹ ਨਾ ਦੇਣ ਬੁੱਧਵਾਰ ਨੂੰ ਟਰੂਡੋ ਕੈਰੀਬੀਨ ਕਮਿਊਨਿਟੀ ਨਾਲ ਮੁਲਾਕਾਤ ਕਰਨ ਲਈ ਬਹਾਮਾਸ ਪਹੁੰਚੇ ਇੱਥੇ ਰੀਜਨ ਦੇ 20+ ਇਸ ਸਿਖਰ ਵਾਰਤਾਖੇ ਸੈੱਸ਼ਨ ਲੈਣ ਦੇ ਲਈ ਇਕੱਠੇ ਹੋਏ ਨੇ ਇਸ ਦੌਰਾਨ ਟਰੂਡੋ ਕਈ ਆਗੂਆਂ ਨਾਲ ਆਮੋ ਸਾਹਮਣੇ ਮੁਲਾਕਾਤ ਕਰਨਗੇ ਇਸ ਦੌਰਾਨ ਹਾਇਤੀ ਦੇ ਪ੍ਰਧਾਨ ਮੰਤਰੀ ਏਰੀਅਲ ਹੈਂਡਰੀ ਜਿਨ੍ਹਾਂ ਨੂੰ ਚੁਣਿਆ ਨਹੀਂ ਗਿਆ ਹੈ ਨਾਲ ਵੀ ਵਿਸ਼ੇਸ਼ ਮੁਲਾਕਾਤ ਕਰਨਗੇ ਹੈਂਡਰੀ ਨੇ ਹਾਇਤੀ ਦੇ ਸਾਬਕਾ ਰਾਸ਼ਟਰਪਤੀ ਦੇ ਕਤਲ ਤੋਂ ਬਾਅਦ ਸੱਤਾ ਦੀ ਬਾਗਡੋਰ ਸੰਭੀ ਸੀ ਇੱਥੇ ਦੱਸਣਾ ਬਣਦਾ ਹੈ ਕਿ ਹਾਇਤੀ ਵਿੱਚ ਸੰਕਟ ਕਾਫੀ ਵੱਧ ਚੁੱਕਿਆ ਹੈ ਜਿਸ ਕਾਰਨ ਇਥੋਂ ਦਾ ਅਰਥਚਾਰਾ ਹਿਲ ਚੁੱਕਿਆ ਹੈ ਸੰਯੁਕਤ ਰਾਸ਼ਟਰ ਦੀ ਮਦਦ ਨਾਲ ਹੈਂਡਰੀ ਦੀ ਗੈਰ ਚੁਣੀ ਹੋਈ ਸਰਕਾਰ ਵੱਲੋਂ ਇਸ ਗੜਬੜ ਨੂੰ ਠੱਲ ਪਾਉਣ ਦੇ ਲਈ ਬਾਹਰ ਸਿਕਿਉਰਿਟੀ ਫੋਰਸ ਦੀ ਮਦਦ ਦੀ ਉਮੀਦ ਕੀਤੀ ਜਾ ਰਹੀ ਹੈ ਵਰਦਾਨ ਮੰਤਰੀ ਜਸਟਿਨ ਟਰੂਡੋ ਨੇ ਬਹਾਮਾਸ ਵਿੱਚ ਕੈਰੀਬੀਅਨ ਨੇਤਾਵਾਂ ਦੀ ਸਲਾਨਾ ਮੀਟਿੰਗ ਦੇ ਵਿੱਚ ਦੱਸਿਆ ਕਿ ਕੈਨੇਡਾ ਆਉਣ ਵਾਲੇ ਹਫ਼ਤਿਆਂ ਵਿੱਚ ਹੈਤੀ ਦੇ ਤੱਟਾਂ ਦੀ ਨਿਗਰਾਨੀ ਦੇ ਲਈ ਨੀਵੀ ਜਹਾਜ਼ਾਂ ਦੀ ਤਾਇਨਾਤੀ ਕਰੇਗਾ ਟਰੂਡੋ ਨੇ ਵੀਰਵਾਰ ਨੂੰ ਕਿਹਾ ਮੈਂ ਐਲਾਨ ਕਰਦਾ ਹਾਂ ਕਿ ਕੈਨੇਡਾ ਆਉਣ ਵਾਲੇ ਹਫ਼ਤਿਆਂ ਵਿੱਚ ਨਿਗਰਾਨੀਕਰਨ ਖੂਬੀਆ ਜਾਣਕਾਰੀ ਇਕੱਠੀ ਕਰਨ ਅਤੇ ਹੈਤੀ ਦੇ ਤੱਟ ਤੇ ਸਮੁੰਦਰੀ ਮੌਜੂਦਗੀ ਨੂੰ ਬਰਕਰਾਰ ਰੱਖਣ ਦੇ ਲਈ ਲੋਲ ਕੈਨੇਡੀਅਨ ਨੀਵੀ ਦੇ ਜਹਾਜ਼ਾਂ ਨੂੰ ਤਾਇਨਾਤ ਕਰੇਗਾ ਹੈਟੀ ਵਿੱਚ ਵੱਧਦੇ ਕਤਲ, ਮੌਕਫੇਸ਼ ਅਤੇ ਅਗਵਾ ਕਰਨ ਵਾਲੇ ਗਰੋਹ ਦੀਆਂ ਗਤੀਵਿਧੀਆਂ ਦੇ ਨਾਲ ਸੰਬੰਧਿਤ ਘਟਨਾਵਾਂ ਮਹੱਤਮ ਪੂਰਨ ਮੁੱਦੇ ਮੰਨੇ ਜਾਂਦੇ ਨੇ ਜੋ ਕਿ ਜੁਲਾਈ 2021 ਵਿੱਚ ਰਾਸ਼ਟਰਪਤੀ ਮੋਇਸ ਦੇ ਕਤਲ ਤੋਂ ਬਾਅਦ ਵਧ ਗਏ ਨੇ। ਟਰੂਡੋ ਨੇ ਇਹ ਵੀ ਐਲਾਨ ਕੀਤਾ ਹੈ ਕਿ ਕੈਨੇਡਾ ਹੈਟੀ ਨੂੰ ਸਾਜ਼ੋ-ਸਮਾਨ ਨਾਲ ਲੈਸ ਕਰਨ ਦੇ ਲਈ ਸਿੱਧੀ ਸਹਾਇਤਾ ਪ੍ਰਦਾਨ ਕਰੇਗਾ ਅਤੇ ਖੇਤਰ ਵਿੱਚ ਗੈਂਗਾਂ ਦੇ ਵਿਨਾਸ਼ਕਾਰੀ ਪ੍ਰਭਾਵ ਨੂੰ ਘਟਾਉਣ ਦੇ ਲਈ ਹੈਟੀ ਦੀ ਨੈਸ਼ਨਲ ਪੁਲਿਸ ਨੂੰ ਮਜ਼ਬੂਤ ਕਰੇਗਾ। ਅਤੇ ਜ਼ਮੀਨੀ ਪੱਧਰ ਤੇ ਪੁਲਿਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਯੋਗ ਬਣਾਇਆ ਜਾ ਰਿਹਾ ਹੈ ਜਨਵਰੀ ਵਿੱਚ ਕੈਨੇਡਾ ਦੇ ਗੈਂਗਾਂ ਦਾ ਮੁਕਾਬਲਾ ਕਰਨ ਅਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਹੈਤੀ ਨੈਸ਼ਨਲ ਪੁਲਿਸ ਨੂੰ ਵਖਤਰਬੰਦ ਵਾਹਨ ਪ੍ਰਦਾਨ ਕੀਤੇ ਅਕਤੂਬਰ 2022 ਵਿੱਚ ਅਮਰੀਕਾ ਤੇ ਕੈਨੇਡਾ ਨੇ ਗੰਭੀਰ ਮਾਨਵਤਾਵਾਦੀ ਸੰਕਟ ਦੇ ਦੌਰਾਨ ਗੈਂਗ ਹਿੰਸਾ ਵਿਰੁੱਧ ਲੜਨ ਵਿੱਚ ਸਥਾਨਕ ਅਧਿਕਾਰੀਆਂ ਦੀ ਮਦਦ ਕਰਨ ਦੇ ਲਈ ਹੈਤੀ ਨੂੰ ਵਖਤਰਬੰਦ ਵਾਹਨ ਅਤੇ ਹੋਰ ਤੁਰੱਖਿਆ ਉਪਕਰਣ ਵੀ ਪ੍ਰਦਾਨ ਕੀਤੇ ਸਨ ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਫਾਰਮੇਸੀਆਂ 'ਚ ਡਕੈਤੀਕਰਾਂ ਦੇ ਦੋਸ਼ ਵਿੱਚ ਪੁਲਿਸ ਨੇ 10 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ 'ਚ 6 ਅਲੱਗ ਉਮਰ ਦੇ ਨੌਜਵਾਨ ਸ਼ਾਮਲ ਨੇ ਟੋਰਾਂਟੋ ਪੁਲਿਸ ਨੇ ਕਈ ਹੋਰ ਪੁਲਿਸ ਟੀਮਾਂ ਦੇ ਸਹਿਯੋਗ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਬ੍ਰੈਂਟਨ ਅਤੇ ਮਿਸਿਸ ਆਗਾ ਦੇ ਲੋਕਾਂ ਦੀਆਂ ਇੱਛਾਵਾਂ ਦੇ ਉਲਟ ਡਗ ਫੋਰਟ ਸਰਕਾਰ ਦੋਹਾਂ ਸ਼ਹਿਰਾਂ ਨੂੰ ਰਲਾ ਕੇ ਨਵਾਂ ਪੀਲ ਸਿਟੀ ਬਣਾ ਸਕਦੀ ਹੈ ਕਲੰਦਨ ਦੀ ਸ਼ਮੂਲੀਅਤ ਵਾਲੇ ਨਵੇਂ ਸ਼ਹਿਰ ਦੀ ਹੋਣ ਦਾ ਮਸਲਾ ਅਸਵਲੇ ਉਬਰੀਅਤ ਦੋ অন্ਟਾਰੀਓ ਦੇ ਪ੍ਰੀਮੀਅਰ ਨੂੰ ਰਲੇਵੇਂ ਦੀਆਂ ਸੰਭਾਵਨਾਵਾਂ ਬਾਰੇ ਪੁੱਛਿਆ ਗਿਆ। ਇਸ ਸਮੇਂ ਫੈਡਰਲ ਹੈਲਥ케ਅਰ ਫੰਡਿੰਗ ਡੀਲ ਸੁਰਖੀਆਂ ਵਿੱਚ ਹੋਣ ਦੇ ਨਾਲ-ਨਾਲ ਹੈਲਥ케ਅਰ ਮਹਿੰਗਾਈ ਦੇ ਅਰਥਚਾਰੀ ਵਰਗੇ ਮਸਲੇ ਪੂਰੇ ਦੇਸ਼ ਤੇ ਲਈ ਚਿੰਤਾ ਦਾ ਵਿਸ਼ਾ ਬੜੇ ਹੋਏ ਨੇ ਅਜਿਹੇ ਵਿੱਚ ਲਿਬਰਲਾਂ ਨੂੰ ਇੱਕ ਵਾਰੀ ਮੋੜ ਵੋਟਰਾਂ ਦਾ ਸਮਰਥਨ ਮਿਲਣ ਕਾਰਨ ਕਨਜ਼ਰਵੇਟਿਵਜ਼ ਦੇ ਨਾਲ ਉਹਨਾਂ ਦਾ ਸਖਤ ਮੁਕਾਬਲਾ ਚੱਲ ਰਿਹਾ ਹੈ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਕਰਦਿਆਂ ਨੈਨੋਜ਼ ਰਿਸਰਚ ਗਰੁੱਪ ਦੇ ਚੇਅਰਮੈਨ ਨਿਕ ਨੇ ਆਖਿਆ ਇਸ ਸਮੇਂ ਹੈਲਥ케ਅਰ ਕੌਮੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਲਿਬਰਲਾਂ ਦੀ ਹੈਲਥ케ਅਰ ਫੰਡਿੰਗ ਡੀਲ ਨੂੰ ਸਵੀਕਾਰ ਦੇ ਲਈ ਕਨੇਡਾ ਦੇ ਪ੍ਰੀਮੀਅਰਸ ਵੱਲੋਂ ਹਾਮੀ ਭਰੀ ਗਈ ਹੈ ਪਿਛਲੇ ਇੱਕ ਹਫਤੇ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮੁੱਦੇ ਕਾਰਨ ਸਾਰੇ ਪਾਸੇ ਚਰਚਾਜ ਨੇ ਇਸ ਨਾਲ ਪਿਛਲੇ ਹਫਤਿਆਂ ਤੋਂ ਚਾਰ ਪਿਛਲੇ ਹਫਟਿਆਂ ਤੋਂ ਹਵਾ ਦਾ ਰੁਖ ਜਿਹੜਾ ਹੈ ਲਿਬਰਲਾਂ ਦੇ ਵੱਲ ਨਜ਼ਰ ਆ ਰਹੀ ਹੈ ਨੈਨੋਜ਼ ਵੱਲੋਂ ਰੱਖੀ ਜਾ ਰਹੀ ਪਲਪਲ ਦੀ ਖਬਰ ਵਿੱਚ ਦਸੰਬਰ ਤੋਂ ਕਨਜ਼ਰਵੇਟਿਵ ਲਿਬਰਲਾਂ ਤੋਂ ਅੱਕੇ ਚੱਲ ਰਹੇ ਸਨ ਪਰ ਜਨਵਰੀ ਦੇ ਮੱਦ ਤੋਂ ਲਿਬਰਲਾਂ ਨੂੰ ਵੋਟਰਾਂ ਦਾ ਸਕਾਰਾਤਮਕ ਸਮਰਥਨ ਮਿਲਣ ਲੱਗਿਆ ਇਸ ਕਾਰਨ ਹੁਣ ਦੋਵੇਂ ਪਾਰਟੀਆਂ ਵਿੱਚ ਫਰਕ ਬਹੁਤ ਘੱਟ ਰਹਿ ਗਿਆ ਹੈ ਇਸ ਸਮੇਂ ਹਾਲਾਤ ਇਹ ਨੇ ਕਿ ਦੋਵੇਂ ਪਾਰਟੀਆਂ ਨੂੰ 33% ਅੰਕਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ ਤੇ ਦੋਵਾਂ ਦੇ ਵਿੱਚ ਫਸਵਾ ਮੁਕਾਬਲਾ ਚੱਲ ਰਿਹਾ ਹੈ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟਰੀਆ ਫਰੀਲੈਂਡ ਦਾ ਕਹਿਣਾ ਹੈ ਕਿ ਆਪਣੀ ਸਟਾਫ ਮੈਂਬਰ ਦੇ ਨਾਲ ਪਿੱਛੇ ਜਿਹੇ ਮੁੱਕੇ ਅਫੇਅਰ ਦੀ ਗਾਲ ਸਵੀਕਾਰ ਕਰਨ ਤੋਂ ਬਾਅਦ ਟ੍ਰਾਂਟੋ ਦੇ ਮੇਅਰ ਚੌਨ ਵਲੋਸ ਅਸਤੀਫਾ ਦੇਣ ਦਾ ਫੈਸਲਾ ਬਿਲਕੁਲ ਸਹੀ ਹੈ ਜ਼ਿਕਰਯੋਗ ਹੈ ਕਿ ਪਿਛਲੇ ਸ਼ੁੱਕਰਵਾਰ ਨੂੰ ਦੇਰ ਰਾਤ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਟੌਰੀ ਨੇ ਐਲਾਨ ਕੀਤਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ ਫ੍ਰੀਲੈਂਡ ਨੇ ਬੁੱਧਵਾਰ ਨੂੰ ਆਖਿਆ ਕਿ ਕਈ ਹੋਰ ਨਾ ਟ੍ਰਾਂਟੋ ਵਾਸੀਆਂ ਵਾਂਗ ਹੀ ਇਹ ਖਬਰ ਸੁਣ ਕੇ ਉਹਨਾਂ ਨੂੰ ਕਾਫੀ ਹੈਰਾਨੀ ਹੋਈ ਯੂਨੀਵਰਸਿਟੀ ਰੌਸਟੇਲ ਅਨਟਾਰੀਓ ਦੀ ਨੁਮਾਇੰਦਗੀ ਕਰਨ ਵਾਲੇ ਫ੍ਰੀਲੈਂਡ ਨੇ ਆਖਿਆ ਕਿ ਆਪਣੇ ਵੱਲੋਂ ਕੀਤੀ ਗਈ ਗਲਤੀ ਨੂੰ ਸਵੀਕਾਰ ਕੇ ਤੇ ਉਸ ਭੂਲ ਲਈ ਅਹੁਦਾ ਛੱਡਣ ਦਾ ਫੈਸਲਾ ਲੈ ਕੇ ਟੋਰੀ ਵੱਲੋਂ ਸਹੀ ਕਦਮ ਚੁੱਕਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਟੋਰੀ ਨੇ ਆਪਣੀ ਕੀਤੀ ਗਲਤੀ ਦੇ ਲਈ ਮਾਫੀ ਮੰਗ ਕੇ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ ਪਰ ਅਜੇ ਉਹਨਾਂ ਵੱਲੋਂ ਅਸਤੀਫਾ ਦਿੱਤਾ ਨਹੀਂ ਗਿਆ ਹੈ। ਇਸ ਦੌਰਾਨ ਫ੍ਰੀ ਲੈਂਡ ਨੇ ਉਹਨਾਂ ਖਬਰਾਂ ਦਾ ਖੰਡਨ ਵੀ ਕੀਤਾ ਜਿਨ੍ਹਾਂ ਵਿੱਚ ਇਹ ਆਖਿਆ ਗਿਆ ਕਿ ਟੋਰੀ ਨੂੰ ਅਸਤੀਫਾ ਦੇਣ ਤੋਂ ਰੋਕਣ ਦੇ ਲਈ ਸਿਆਸੀ ਆਗੂਆਂ ਵੱਲੋਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਤੇ ਫ੍ਰੀ ਲੈਂਡ ਵੀ ਉਹਨਾਂ ਵਿੱਚੋਂ ਇੱਕ ਹੈ। ਬੁੱਧਵਾਰ ਨੂੰ ਪਾਰਲੀਮੈਂਟ ਹੱਲ ਉੱਤੇ ਲਿਬਰਲ ਕੌਕਸ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣ ਲਈ ਜਾਂਦੇ ਸਮੇਂ ਫਰੀ ਲੈਂਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜੇ ਉਹਨਾਂ ਨੂੰ ਕਿਸੇ ਗੱਲ ਬਾਰੇ ਆਪਣੀ ਸਥਿਤੀ ਸਪਸ਼ਟ ਕਰਨੀ ਹੋਵੇ ਤਾਂ ਉਹਨਾਂ ਨੂੰ ਆਪ ਉਹ ਗੱਲ ਆਖਣ ਵਿੱਚ ਕੋਈ ਦਿੱਕਤ ਨਹੀਂ ਹੈ। ਹੈਲਥ케ਅਰ ਫੰਡਿੰਗ ਦੇ ਲਈ ਫੈਡਰਲ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕਈ ਬਿਲੀਅਨ ਡਾਲਰ ਦੀ ਵਿੱਤੀ ਮਦਦ ਨੂੰ ਕੈਨੇਡਾ ਦੇ ਪ੍ਰੀਮੀਅਰਜ਼ ਵੱਲੋਂ ਰਸਮੀ ਤੌਰ ਉੱਤੇ ਸਵੀਕਾਰ ਕਰਨ ਦਾ ਮਨ ਬਣ ਗਿਆ ਹੈ। ਪਰ ਪ੍ਰੀਮੀਅਰ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਨੇ ਕਿ ਇਹ ਫੰਡ 10 ਸਾਲਾਂ ਤੋਂ ਬਾਅਦ ਸਮੇਂ ਦੇ ਲਈ ਮਿਲਦੇ ਰਹਿਣ ਇਸ ਨਵੀਂ ਡੀਲ ਦੇ ਵਿੱਚ ਹਟਾਵਾ ਵੱਲੋਂ ਇੱਕ ਦਹਾਕੇ 'ਚ 46 ਬਿਲੀਅਨ ਡਾਲਰ ਦੀ ਰਕਮ ਪ੍ਰੋਵਿੰਸਾਂ ਨੂੰ ਹੈਲਥ케ਅਰ ਦੇ ਲਈ ਦੇਣ ਦਾ ਫੈਸਲਾ ਕੀਤਾ ਗਿਆ ਪ੍ਰੋਵਿੰਸਸ ਨੂੰ ਇਹ ਰਕਮ ਕੁਝ ਸ਼ਰਤਾਂ ਪੂਰੀਆਂ ਕਰਨ ਉੱਤੇ ਮਿਲੇਗੀ ਜਿਵੇਂ ਕਿ ਇਹ ਰਕਮ ਕਿੱਥੇ ਖਰਚੀ ਜਾਏਗੀ ਉਹਨਾਂ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਇਸ ਰਕਮ ਦੇ ਨਾਲ ਹੈਲਥ케ਅਰ ਸਿਸਟਮ ਦੇ ਵਿੱਚ ਕਿਵੇਂ ਸੁਧਾਰ ਹੋਇਆ ਪ੍ਰੀਮੀਅਰਸ ਦਾ ਕਹਿਣਾ ਕਿ ਪਿਛਲੇ ਹਫਤੇ ਫੈਡਰਲ ਸਰਕਾਰ ਨਾਲ ਹੋਈ ਉਹਨਾਂ ਦੀ ਮੀਟਿੰਗ ਵਿੱਚ ਐਲਾਨੀ ਗਈ ਇਹ ਰਕਮ ਉਸ ਰਕਮ ਦੇ ਨੇੜੇ ਤੇੜੇ ਵੀ ਨਹੀਂ ਹੈ ਜਿਹੜੀ ਉਹਨਾਂ ਵੱਲੋਂ ਮੰਗੀ ਗਈ ਸੀ ਪਰ ਪ੍ਰੀਮੀਅਰਸ ਦਾ ਵੀ ਆਖਣਾ ਹੈ ਕਿ ਜੋ ਮਿਲ ਰਿਹਾ ਹੈ ਉਸ ਨੂੰ ਮੋੜਿਆ ਨਹੀਂ ਜਾ ਸਕਦਾ ਸੋਮਵਾਰ ਦੁਪਹਿਰ ਨੂੰ ਸਾਰੇ ਪ੍ਰੀਮੀਅਰਸ ਵੱਲੋਂ ਕੀਤੀ ਗਈ ਵਰਚੁਅਲ ਮੀਟਿੰਗ ਤੋਂ ਬਾਅਦ ਇੱਕ ਇੰਟਰਵਿਊ ਵਿੱਚ ਮਾਨੀਟੋਬਾ ਦੀ ਪ੍ਰੀਮੀਅਰ ਪ੍ਰੀਮੀਅਰ ਹੈਦਰ ਨੇ ਆਖਿਆ ਕਿ ਅਸੀਂ ਫੈਡਰਲ ਫੰਡਿੰਗ ਨੂੰ ਸਵੀਕਾਰ ਕਰਨ ਦਾ ਫੈਸਲਾ ਕੀਤਾ ਹੈ ਸਾਨੂੰ ਲੱਗਦਾ ਹੈ ਕਿ ਇਹ ਸਹੀ ਦਿਸ਼ਾ ਵੱਲ ਚੁੱਕਿਆ ਜਾਣ ਵਾਲਾ ਕਦਮ ਹੈ ਉਹਨਾਂ ਨੇ ਆਖਿਆ ਕਿ ਸਾਰੇ ਪ੍ਰੋਵਿੰਸ ਦੇ ਟੈਰੀਟਰੀਜ਼ ਨੂੰ ਹੈਲਥ케ਅਰ ਨਾਲ ਸੰਬੰਧਿਤ ਫੰਡਿੰਗ ਬਾਬਤ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਲਈ ਇਹ ਰਕਮ ਕਾਫੀ ਨਹੀਂ ਹੋਏਗੀ ਇੱਥੇ ਦੱਸਣਾ ਬਣਦਾ ਹੈ ਕਿ ਇਸ ਸਮੇਂ ਸਟੀਫਨਸ ਪ੍ਰੀਮੀਅਰਸ ਦੇ ਗਰੁੱਪ ਜਿਨ੍ਹਾਂ ਨੂੰ ਕਾਉਂਸਲ ਆਫ ਦਾ ਫੈਡਰੇਸ਼ਨ ਵਜੋਂ ਵੀ ਜਾਣਿਆ ਜਾਂਦਾ ਹੈ ਦੀ ਚੇਅਰ ਤੇ ਤਰਜਮਾਨ ਹੈ ਔਰ ਪਿਛਲੇ ਹਫਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਕੀਤੀ ਗਈ ਪੇਸ਼ਕਸ਼ ਤੇ ਵਿੱਚ ਕੈਨੇਡਾ ਹੈਲਥ ਟ੍ਰਾਂਸਫਰ ਦੇ ਲਈ 2 ਬਿਲੀਅਨ ਡਾਲਰ ਫਰੀ ਦਿੱਤੇ ਜਾਣਗੇ ਅਗਲੇ 5 ਸਾਲਾਂ ਲਈ ਹਰੇਕ ਸਾਲ 5 ਫੀਸਦੀ ਦਾ ਵਾਅਦਾ ਕੀਤਾ ਜਾਏਗਾ ਤੇ ਅਗਲੇ 10 ਸਾਲਾਂ ਦੇ ਲਈ ਤਰਜੀਹੀ ਖੇਤਰਾਂ ਜਿਵੇਂ ਕਿ ਮੈਂਟਲ ਹੈਲਥ ਡਾਟਾ ਕਲੈਕਸ਼ਨ ਫੈਮਿਲੀ ਮੈਡੀਸਨ ਸਰਜਿਕਲ ਬੈਕਲੌਗ ਤੇ ਹੈਲਥ ਇਮਿਊਨ ਰਿਸੋਰਸਸ ਦੇ ਲਈ 25 ਬਿਲੀਅਨ ਡਾਲਰ ਦਿੱਤੇ ਜਾਣਗੇ ਉਟਾਵਾ ਹਰੇਕ ਪ੍ਰੋਵਿੰਸ ਤੋਂ ਟੈਰੀਟਰੀ ਦੇ ਨਾਲ ਉਸ ਦੀਆਂ ਵਿਲੱਖਣ ਲੋੜਾਂ ਦੇ ਹਿਸਾਬ ਤੇ ਨਾਲ ਸਮਝੌਤੇ ਉੱਤੇ ਦਸਤਖਤ ਕਰਨੇ ਚਾਹੁੰਦਾ ਹੈ ਪਿਛਲੇ ਵੀਕਐਂਡ ਸਪੈਡਿਨਾ ਸਬਵੇ ਸਟੇਸ਼ਨ ਉੱਤੇ ਇੱਕ ਮੈਲਾ ਦੇ ਮੂੰਹ ਉੱਤੇ ਚਾਕੂ ਨਾਲ ਵਾਰ ਕਰਨ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਵੱਲੋਂ ਤਿੰਨ ਟੀਨੇਜਰਜ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 12 ਫਰਵਰੀ ਦੇ ਦਿਨ ਐਤਵਾਰ ਨੂੰ ਸ਼ਾਮੀ 6:34 ਮਿੰਟ ਉੱਤੇ ਪੁਲਿਸ ਅਧਿਕਾਰੀਆਂ ਨੂੰ ਸਟੇਸ਼ਨ ਉੱਤੇ ਸੱਦਿਆ ਗਿਆ ਪੁਲਿਸ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਤਿੰਨ ਲੋਕਾਂ ਨੇ ਇੱਕ ਮਹਿਲਾ ਦੇ ਨਾਲ ਬਹਿਸ ਕਰ ਲਈ ਇਹਨਾਂ ਵਿੱਚੋਂ ਇੱਕ ਬੰਦੇ ਨੇ ਮਹਿਲਾ ਦੇ ਮੂੰਹ ਉੱਤੇ ਥੁੱਕਿਆ ਤੇ ਉਸ ਨੂੰ ਵਾਰੀ-ਵਾਰੀ ੱੱਕਾ ਵੀ ਦਿੱਤਾ ਇੰਨੇ ਨੂੰ ਇੱਕ ਹੋਰ ਬੰਦੇ ਨੇ ਚਾਕੂ ਨਾਲ ਮਹਿਲਾ ਦੇ ਮੂੰਹ ਤੇ ਹਮਲਾ ਕਰ ਦਿੱਤਾ ਪੁਲਿਸ ਦੇ ਦੱਸਣ ਦੇ ਮਤਾਬਕ ਉਹ ਮਹਿਲਾ ਨੂੰ ਗੰਭੀਰ ਸੱਟ ਨਹੀਂ ਲੱਗੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋਂ ਟੀਨੇਜਰਜ਼ ਮੌਕੇ ਤੋਂ ਫਰਾਰ ਹੋ ਗਏ ਪਰ ਉਹਨਾਂ ਨੂੰ ਅਗਲੇ ਦਿਨ 13 ਫਰਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪੁਲਿਸ ਨੇ ਆਖਿਆ ਕਿ ਇਹਨਾਂ ਵੱਲੋਂ ਕੁਲਹਾੜੀ ਨਾਲ ਇੱਕ ਪੁਲਿਸ ਅਧਿਕਾਰੀ ਉੱਤੇ ਵੀ ਹਮਲਾ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਈਟੋਬੀਕੋ ਦੇ ਲੌਂਗ ਬ੍ਰਾਂਚ ਐਵਨਿਊ ਤੇ ਲੇਕ ਪ੍ਰੈਮਨੇਡ ਇਲਾਕੇ 'ਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਸੱਦਿਆ ਗਿਆ ਜਦੋਂ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਤਾਂ ਇੱਕ ਲੜਕੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਹੋਰ ਲੜਕੇ ਤੇ ਲੜਕੀ ਨੂੰ ਵੀ ਚੌਕਸ ਕਰ ਦਿੱਤਾ ਪੁਲਿਸ ਨੇ ਦੱਸਿਆ ਕਿ ਇੱਕ ਲੜਕੇ ਨੇ ਪੁਲਿਸ ਅਧਿਕਾਰੀ ਨੂੰ ਕੁਹਾੜੀ ਨਾਲ ਧਮਕਾਇਆ 16 ਤੇ 15 ਸਾਲਾਂ ਦੇ ਦੋ ਲੜਕਿਆਂ ਤੇ ਇੱਕ 15 ਸਾਲਾ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਉੱਤੇ ਹਮਲਾ ਕਰਨ ਹਥਿਆਰਾਂ ਨਾਲ ਹਮਲਾ ਕਰਨ ਤੇ ਪੁਲਿਸ ਅਧਿਕਾਰੀ ਉੱਤੇ ਹਮਲਾ ਕਰਨ ਦੇ ਨਾਲ ਹਥਿਆਰ ਰੱਖਣ ਸੰਬੰਧੀ ਚਾਰਜ ਲਗਾਏ ਗਏ ਨੇ ਇਸ ਤਣ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਿੰਕੌਰ ਮਾਨ ਨੂੰ ਦਿਵਾ ਗਿਆ ਤੇ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USATV ਜ਼ਰੂਰ ਸਬਸਕ੍ਰਾਈਬ ਕਰੋ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ